ਅੱਜ ਮੈਂ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਉਮਰ ਪਹਿਲਵਾਨ, ਅਲੀ ਪਹਿਲਵਾਨ, ਉਸਮਾਨ ਦੇ ਅਖਾੜੇ 'ਚ ਆਇਆ। ਅਲੀ ਪਹਿਲਵਾਨ ਜੀ, ਕਿੰਨਾ ਕੁ ਚਿਰ ਹੋ ਗਿਆ ਇਹ ਅਖਾੜਾ ਖੋਲ੍ਹਣ ਤੁਹਾਨੂੰ? ਅਖਾੜਾ ਖੋਲ੍ਹਿਆ ਅਤੇ ਤਿੰਨ ਘੰਟੇ ਤਾਂ ਹੋ ਗਏ ਜੋ ਕਰਦਾ ਭਵਾਨਾ ਨੂੰ। ਠੀਕ ਹੈ। ਅਤੇ ਉਹ ਜਿਹੜਾ ਅਖਾੜਾ ਖਾੜਾ ਜਿਹੜਾ ਵੇ, ਇਹ 50 ਸਾਲ ਤੋਂ ਪੁਰਾਣਾ ਅਖਾੜਾ ਸਾਡਾ। 50 ਸਾਲ ਸਾਡਾ ਉਸਤਾਦ ਚੌਧਰੀ ਸ਼ਬੀਰ ਪਹਿਲਵਾਨ ਸੀ। ਖਾਰੇ ਸਾਡਾ ਉਸਤਾਦ ਸੀ, ਉਹਦੇ ਖਾਰੇ ਅਸੀਂ ਪਹਿਲਵਾਨੀ ਕਰਦੇ ਹਾਂ। ਅਤੇ ਦੂਜਿਆਂ ਟੁੱਟ ਗਿਆ ਨੇ, ਉਹ ਅਸੀਂ ਅਖਾੜਾ ਚਲਾਉਂਦੇ ਹਾਂ। ਆਪਣੇ ਪਹਿਲਵਾਨ ਤੁਸੀਂ ਵੀ ਜਿੱਦਾਂ ਮਿੱਟੀ ਦੇ ਅਖਾੜੇ 'ਚ ਜ਼ੋਰ ਕਰਕੇ ਗੱਦੇ 'ਤੇ ਵੀ ਘੁਲੇ ਆ, ਤੁਸੀਂ ਆਪ ਮੱਡ ਰੈਸਲਿੰਗ ਮਿੱਟੀ 'ਚ ਘੁਲਦੇ ਰਹੇ ਆ? ਹਾਂ ਜੀ, ਇਹ ਖਾੜੇ ਦੇ ਮਿੱਟੀ ਦੇ ਕੁਛ ਚੀਜ਼ਾਂ ਘੁਲੀਆਂ ਬੜੀਆਂ। ਰੁਸਮੇ ਗੁਜਰਾਂਵਾਲਾ ਇੱਥੋਂ ਰੁਸਤਮ ਹੋਏ ਆ, ਰੁਸ ਗੁਜਰਾਂਵਾਲ 'ਤੇ, ਅਤੇ ਬੜੇ ਬੜੇ ਪਹਿਲਵਾਨਾਂ ਨਾਲ ਘੁਲੇ ਆ। ਬਿੱਦ ਲਾਈ ਦੀ ਹੁੰਦੀ ਸੀ, ਡੰਡ ਬੈਠ ਕੇ ਜ਼ੋਰ ਦੋ ਦੋ ਘੰਟੇ ਜ਼ੋਰ ਕਰੀ ਦੇ ਹੁੰਦੇ ਹਨ। ਕਿਆ ਬਾਤ, ਕਿਆ ਬਾਤ ਪਹਿਲਵਾਨ ਜੀ! ਤਾਂ ਕੀ ਖੁਰਾਕਾਂ ਕੀ ਖਾਂਦੇ ਸੀ ਉਸ ਟਾਈਮ ਦੇ ਪਹਿਲਵਾਨ? ਉਹਨਾਂ ਸੇਮ ਜਿਹੜੇ ਪੁਰਾਣੇ ਖਾਂਦੇ ਸੀ ਉਹੀ ਚੀਜ਼ਾਂ ਖਾਂਦੇ, ਕਿ ਨਵਾਂ ਕੋਈ ਤਜਰਬਾ ਕੀਤਾ? ਨਹੀਂ, ਜਿਹੜੇ ਪੁਰਾਣੇ ਭਗਵਾਨ ਖਾਂਦੇ ਹਨ, ਜ਼ੋਰਾਂ ਬਾਅਦ ਬਦਾਮ ਪੀਣਾ, ਲੱਸੀ ਪੀਣਾ, ਦੁੱਧ ਪੀਣਾ, ਘਿਓ ਖਾਣਾ, ਉਹ ਖੁਰਾਕਾਂ ਖਾਈ ਦੀਆਂ ਹੁੰਦੀਆਂ ਹਨ। ਜ਼ੋਰ ਕੀਤੇ ਨੇ ਜਾ ਕੇ ਘੋੜ ਕੇ ਬਦਾਮ ਪੀਤੇ ਨੇ, ਦੁੱਧ ਪੀਤਾ, ਰੋਟੀ ਕੁਛ ਖਾਧਾ ਅਤੇ ਵਿੱਚ ਦੇਸੀ ਘਿਓ ਪਾ ਕੇ ਲਾਲਦਾ ਖਾਧੇ ਨੇ। ਆਪਣੇ ਪਹਿਲਵਾਨ ਜੀ, ਤੁਹਾਡੀ ਜਿਹੜੀ ਦੇਸੀ ਕੁਸ਼ਤੀ ਅਖਾੜਿਆਂ 'ਚ ਕਿਹੜੇ ਪਹਿਲਵਾਨ ਨਾਲ ਚੰਗੀ ਹੋਈ ਹੈ? ਕੁਸ਼ਤੀਆਂ ਦੇਸੀ ਬੜੀਆਂ ਘੁਲੀਆਂ ਨੇ। ਗੁਜਰਾਂਵਾਲੇ 'ਚ ਕੁਸ਼ਤੀ ਰੁਸਤਮ ਦੀ, ਜੱਜੀ ਪਹਿਲਵਾਨ ਗੋਦਲਾ ਵਾਲੀ ਆ, ਉਹਦਾ ਘੁਲੀ ਸੀ ਰੁਸਮੇ ਗੁਜਰਾਂਵਾਲਾ, ਉਹਨੂੰ ਜਿੱਤ ਕੇ ਰੁਸਮੇ ਗੁਜਰਾਂਵਾਲਾ ਆਇਆ। ਉਹ ਜੇ ਵੱਡੇ ਵੱਡੇ ਭਵਾਨਾਂ ਘੁਲਿਆ, ਜ਼ਾ ਪਠਾਨ ਨੇ ਉਹਨਾਂ ਘੁਲਿਆ, ਬਾਕਲੀ ਇੱਕ ਰਿਆਸਤ ਦਾ ਉਹਨਾਂ ਘੁਲਿਆ, ਗੋਗਰ ਯਾਰੇ ਦਾ ਘੁਲਿਆ, ਝੱਲੇ ਭਵਾਨ ਦਾ ਘੁਲਿਆ, ਐਂ ਕਾਫੀ ਬੜੀਆਂ ਕੁਸ਼ਤੀਆਂ ਘੁਲਿਆ। ਬਹੁਤ ਵਧੀਆ ਪਹਿਲਵਾਨ ਜੀ। ਪਹਿਲਵਾਨ ਜੀ, ਅਖਾੜੇ ਤੁਸੀਂ ਤਿੰਨੇ ਭਰਾ ਆ, ਇੰਟਰਨੈਸ਼ਨਲ ਬਣੇ ਆ, ਤਾਂ ਥੈਂਕ ਯੂ ਤੁਹਾਡਾ, ਧੰਨਵਾਦ ਰੁਸਤਮ ਦੀ ਆਵਾਜ਼ 'ਤੇ। ਉਮਰ ਪਹਿਲਵਾਨ ਜੀ, ਉਮਰ ਪਹਿਲਵਾਨ ਇਹਨਾਂ ਦਾ ਵੱਡਾ ਭਰਾ ਆ। ਪਹਿਲਵਾਨ ਜੀ, ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਆਪ ਰੈਸਲਿੰਗ ਕਰਦੇ? ਮੈਨੂੰ ਤਾਂ ਆਪਣਾ ਕੋਈ ਭਲਵਾਨੀ ਸ਼ੁਰੂ ਕੀਤਿਆਂ ਤਕਰੀਬਨ 37 ਸਾਲ ਹੋ ਗਏ ਨੇ। 37 ਸਾਲ ਹੋ ਗਏ ਇੱਥੇ ਭਲਵਾਨੀ ਕਰਦੇ ਹਾਂ, ਪਰ ਜਦੋਂ ਦੀ ਹੋਸ਼ ਸੰਭਾਲੀ ਹੈ। ਠੀਕ ਹੈ। ਅਤੇ ਬਾਕੀ ਨਾਲ ਹੋਣਾ ਮੁੰਡੇ ਸਾਰੇ ਨਾਲ ਕਰਾਉਂਦੇ ਹਾਂ, ਪਰ ਉਹਨਾਂ ਨੂੰ ਭਲਵਾਨੀ ਖਾੜਾ ਚਲਾ ਰਹੇ ਹਾਂ। ਪਾਕਿਸਤਾਨ ਦੇ ਟਾਪ ਦੇ ਮੁੰਡੇ ਇੱਥੇ ਹੀ ਨੇ। ਠੀਕ। ਜਿਹੜੇ ਇਹ ਅਖਾੜਾ 50 ਸਾਲ ਤੁਹਾਡਾ ਪੁਰਾਣਾ ਹੈਗਾ, ਜਿੱਦਾਂ ਇਹਦੇ ਵਿੱਚ 50 ਸਾਲ ਤੋਂ ਪੁਰਾਣਾ ਇਹ ਅਖਾੜਾ ਹੈ, ਮਗਰ ਇਹ ਅਖਾੜਾ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦਾ ਹੈ, ਕਿਉਂਕਿ ਇਹ ਬਾਗ ਸ਼ੇਰਾਂਵਾਲਾ ਬਾਗ ਇਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ। ਉਦੋਂ ਇੱਥੇ ਅਖਾੜਾ ਵੀ ਸੀ, ਮਗਰ ਅਖਾੜਾ ਵਕਤ ਦੇ ਨਾਲ ਨਾਲ ਚੇਂਜ ਹੁੰਦਾ ਰਿਹਾ। ਠੀਕ ਹੈ। ਅਤੇ ਹੁਣ ਇਸ ਬਾਗ 'ਚ 5 ਅਖਾੜੇ ਨੇ, ਅਤੇ ਇਹ ਸਾਡਾ ਅਖਾੜਾ ਜਿਹੜਾ ਇਸ ਜਗ੍ਹਾ ਦੇ ਉੱਤੇ 50 ਸਾਲ ਹੋ ਗਏ ਨੇ। ਅਤੇ ਉਸ ਤੋਂ ਪਹਿਲਾਂ ਬਾਹਰ ਸਨ, ਫਿਰ ਬਾਗ ਦੇ ਵਿੱਚ ਸਨ, ਇੰਝ ਕਰਕੇ ਅਖਾੜਾ ਤਬਦੀਲ ਹੁੰਦਾ ਰਿਹਾ। ਪਹਿਲਵਾਨ ਜੀ, ਤੁਸੀਂ ਮਿੱਟੀ 'ਚ ਵੀ ਜ਼ੋਰ ਕਰਕੇ ਗੱਦੇ 'ਤੇ ਵੀ ਇੰਟਰਨੈਸ਼ਨਲ ਭਲਵਾਨ ਬਣੇ ਆ, ਤੁਹਾਨੂੰ ਕੋਈ ਇਹਦੇ 'ਚ ਡਿਫਰੈਂਟ ਕੀ ਲੱਗਾ, ਜਿੱਦਾਂ ਤੁਸੀਂ ਮਿੱਟੀ ਦੀਆਂ ਵੀ ਘੋਲਾਂ ਘੋਲੇ ਆ? ਵੇਖੋ ਜੀ, ਜਦੋਂ ਅਸੀਂ ਭਲਵਾਨੀ ਸ਼ੁਰੂ ਕੀਤੀ ਉਦੋਂ ਮੈਟ ਨਹੀਂ ਸੀ ਹੈ ਸਾਡੇ ਕੋਲ, ਅਤੇ ਜਦੋਂ ਖਤਮ ਕੀਤੀ ਉਦੋਂ ਵੀ ਮੈਟ ਨਹੀਂ ਸੀ ਹੈ, ਅਤੇ ਮੈਟ ਦੇ ਉੱਤੇ ਆਪਣਾ ਉਹਦੇ ਜ਼ੋਰ ਕਰਨ ਨੂੰ ਮਿਲਦਾ ਜਦੋਂ ਪਾਕਿਸਤਾਨ ਦਾ ਕੈਂਪ ਲੱਗਦਾ ਸੀ, ਮਿੱਟੀ ਦੇ ਮੈਟ 'ਤੇ ਜਾ ਕੇ ਘੁਲੀਦਾ ਸੀ, ਅਤੇ ਉਹ ਵਧੀਆ ਪਰਫਾਰਮੈਂਸ ਜਿਹੜੀ ਦਿੱਤੀ ਹੈ। ਕਿੰਨੇ ਕੁ ਤੁਹਾਡੇ ਅਖਾੜੇ ਦੇ ਇੰਟਰਨੈਸ਼ਨਲ ਪਹਿਲਵਾਨ ਬਣੇ? ਹੁਣ ਤਾਂ ਸਾਡੇ ਪਾਕਿਸਤਾਨ ਦੀ ਜਿਹੜੀ 10 ਬੰਦੇ ਦੀ ਟੀਮ ਹੁੰਦੀ, ਵਿੱਚੋਂ 7-8 ਸਾਡੇ ਅਖਾੜੇ ਦੇ ਹੁੰਦੇ ਨੇ ਜਿਹੜੇ ਚੈਂਪੀਅਨ ਨੇ, ਅਤੇ ਇੰਟਰਨੈਸ਼ਨਲ ਮੁੰਡੇ ਬੇਸ਼ੁਮਾਰ ਨੇ। ਅਤੇ ਬਾਕੀ ਇਹ ਗੱਲ ਕਰਨ ਲਈ ਚੱਲਦਾ ਪਿਆ ਸੀ, ਸਮੋ ਕੋ ਜੂਨੀਅਰ ਬੱਚੇ ਬੜੇ ਵਧੀਆ ਨੇ, ਇਹ ਹੁਣ ਵੀ ਜਿਹੜਾ ਜ਼ੋਰ ਕਰ ਰਹੇ ਨੇ, 5-6 ਨੈਸ਼ਨਲ ਚੈਂਪੀਅਨ ਨੇ। ਠੀਕ ਹੈ। ਅਤੇ ਬਾਕੀ ਜਿਹੜੇ ਨੇ ਕੋਈ ਸਿਲਵਰ ਹੈ, ਕੋਈ ਬਰਾਊਨ ਹੈ ਨੈਸ਼ਨਲ ਦੇ ਵਿੱਚ। ਠੀਕ ਹੈ। ਅਤੇ ਦੇਸੀ ਕੁਸ਼ਤੀ ਦੀ ਮਿੱਟੀ ਵੀ ਵਧੀਆ ਘੁਲਣ ਵਾਲੇ ਸਾਰੇ ਮੁੰਡੇ ਨੇ। ਪਹਿਲਵਾਨ ਜੀ, ਤੁਹਾਡਾ ਰੁਸਤਮ ਦੀ ਆਵਾਜ਼ 'ਤੇ ਧੰਨਵਾਦ ਆ। ਤਾਂ ਤੁਹਾਡੇ ਕੋਲ ਜਿਹੜਾ ਪਹਿਲਵਾਨ ਵੱਡਾ, ਉਹਨਾਂ ਵੀ ਕਰਾਓ ਗੱਲ, ਜਿੱਦਾਂ ਜਾਨੀ ਪਹਿਲਵਾਨ। ਜਾਨੀ ਪਹਿਲਵਾਨ, ਇੱਕ ਮਿੰਟ ਦਾ, ਜਾਨੀ ਪਹਿਲਵਾਨ ਜਿਹੜਾ ਇਹ ਕਾਮਨਵੈਲਥ ਜਾਂ ਸੈਕਿੰਡ ਆਇਆ ਕਾਮਨਵੈਲਥ 'ਚੋਂ? ਹਾਂਜੀ। ਤਾਂ ਬਹੁਤ ਵਧੀਆ ਰੈਸਲਰ ਆ ਗੱਦੇ 'ਤੇ ਵੀ। ਪਹਿਲਵਾਨ ਜੀ, ਤੁਹਾਡਾ ਰੁਸਤਮ ਦੀ ਆਵਾਜ਼ 'ਤੇ ਸਵਾਗਤ ਆ। ਤਾਂ ਤੁਸੀਂ ਪਹਿਲਵਾਨ ਜੀ, ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਭਲਵਾਨੀ ਕਰਦੇ? ਮਿਹਰਬਾਨੀ, ਸ਼ੁਕਰੀਆ ਤੁਹਾਡਾ। ਅਤੇ ਭਲਵਾਨੀ ਨੂੰ 14-15 ਸਾਲ ਹੋ ਗਏ ਨੇ ਘਰ ਦੇ। 15 ਸਾਲ ਹੋ ਗਏ ਗੱਦੇ ਦੇ ਵੀ, ਤਾਂ ਮਿੱਟੀ ਦੀ ਦੋਵੇਂ ਘਰ ਦੀਆਂ ਭਲਵਾਨ। ਮਿੱਟੀ 'ਤੇ ਇਸ ਟਾਈਮ ਸਾਰਿਆਂ ਨਾਲ ਤੁਸੀਂ ਟੋਪ ਰੈਸਲਰ, ਕਿੰਨਾ ਕਿੰਨਾ ਤੁਹਾਡੀਆਂ ਘੋਲਾਂ ਹੋ ਚੁੱਕੀਆਂ ਮਿੱਟੀ 'ਚ ਇੱਥੇ?
अलहमदुलिल्लाह मैं पूरे पाकिस्तान को तीन तीन चार चार बारी घोल चुके हैं सारे ना भोले भाई भोले पाले ना अहमद खान ना नादर डाए ना जिन्हें भी रियासत के वड्डे पहलवान ने लाहौर के गुजरात के सारे मैं घोल सकता सारे ताज। क्या बात पहलवान जी, पहलवान जी तुहानू की डिफरेंट लगा जिदा तुम मिट्टी से भी हम जाके मिट्टी तो गद्दे से भी घुल के आए हैं कॉमनवैल्थ चो तुसी सैकंड आए हैं तो की फर्क लगा तुहानू? जरा गद्दे की भलवानी जरा थोड़ी जी होर है वह भी करी दी है उत्ते भी जोर करते हैं ज़्यादा मिट्टी तो करी देने तो जरा थोड़ी जी डिफरेंट है पॉइंट वाली भलवानी है जरा तीन मिनट जी सारा कुछ करना होंगे इतने जरा थोड़ी लंबी कुश्ती हो जाती है तो फिर उस हिसाब न घोलना पैदा। ठीक है पहलवान जी बहुत बहुत धन्यवाद थोड़ा रोतम की आवाज़ से धन्यवाद मेहरबानी। तो 97 के जी का इन्हों का पहलवान उमेर पहलवान उमेर पहलवान 97 किलो का इन्हों का इंटरनेशनल पहलवान है। पहलवान जी थोड़ा रोतम की आवाज़ से स्वागत करते हैं तो कि चेर हो गया पहलवानी करद मैं 10 साल हो गए 10 साल हो गए तो कि मेहनत ला दें मेहनत सुबह ठीक लाई दी है लाई दी जिहड़ी देसी खुराक रखी है कोई जाम? हाँ जी देसी जो मैं गद्दे दे इत्थे खाड़े च करी दिंदा फिर देसी खुराक ही खाई दी जो मैट दे जाईदा फिर उस हिसाब नाल वेट मेनटेन करना हुंदा उहदे हिसाब नाल खुराक खाई दी। तो मिट्टी च किहड़े किहड़े पहलवान नाल घुल चुके हैं पहलवान जी? मैं इंडिया भी कोई 8-9 वारी गया वा उत्थे भी घुलिया वा उत्थे मैट दे घुलिया वा ते इत्थे भी ज़्यादा मैट दे घुलिया कोई 10-12 इत्थे भी कुश्तियां घुलियां ने तो मिट्टी च घट घुलिया। हाँ जी गद्दे ते तुसीं केड़ी केड़ी जगह ते जा चुका? गद्दे ते कॉमनवेल्थ गेमां कॉमनवेल्थ चैंपियनशिप साउथ एशियन चैंपियनशिप ते तुहाडा भगत सिंह टूरनामेंट होंदा रहा मेरे ख्याल नाल नहीं होंदा वह भी 2-3 दिन खेले जलंधर च होंदा। बहुत बहुत स्वागत है तुहाडा रोस्तम की आवाज़ से पहलवान जी धन्यवाद जी बड़ी पहलवान आप कट्ठियां की पिक्चर कर लें सारे है ना इदा खड़ के आ जाओ इदा लागे जा इत पढ़ो आप पढ़ाओ शेयर करया करो लाइक करया करो सबसक्राइब जरूर करया करो तुहानू इदां दे अखाड़े च जिहड़े रोस्तम पहलवान है वो असीं दिखाउंदे रहांगे तुसीं इदां ही साडे नाल बने रहा करो पहलवान जी तुहाडा रोस्तम दी आवाज़ ते सारिआं दा धन्नवाद है एक बार स्वागत करो बहुत शुक्रिया।